ਸਾਰਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਇਸ ਟਾਈਮ ਟਾਈਮ ਹੋ ਰਿਹਾ, ਰਾਤ ਦੇ 1:15 ਵੱਜ ਰਹੇ ਹਾਂ। ਇੱਕ ਅਹਿਮ ਮੁੱਦੇ 'ਤੇ ਮੈਂ ਵੀਡੀਓ ਬਣਾਉਣ ਲੱਗਿਆ ਅੱਧੀ ਰਾਤ ਨੂੰ। ਮੁੱਦਾ ਇਹ ਹੈ ਕਿ ਲੋਕਡਾਊਨ ਕਰਕੇ ਬਹੁਤ ਸਾਰੇ ਆਪਣੇ ਪੰਜਾਬੀ ਭਰਾਵਾਂ ਦੀਆਂ ਨੌਕਰੀਆਂ ਖੋਲ੍ਹੀਆਂ ਗਈਆਂ। ਸੋ ਇਸ ਦੇ ਸੰਬੰਧ ਵਿੱਚ ਹੁਣ ਮੈਂ ਜੋ ਵੀਡੀਓ ਬਣਾਉਣ ਜਾ ਰਿਹਾ, ਸੋ ਮੈਂ ਚਾਹੁੰਦਾ ਕਿ ਇਸ ਵੀਡੀਓ ਨੂੰ ਤੁਸੀਂ ਇੰਨਾ ਸ਼ੇਅਰ ਕਰ ਦਿਓ ਕਿ ਪੂਰੇ ਪੰਜਾਬ ਦੇ ਵਿੱਚ ਫੈਲ ਜਾਵੇ ਆਪਣੇ। ਜਿਵੇਂ ਕਿ ਆਪਾਂ ਸਭ ਨੂੰ ਪਤਾ ਹੀ ਹੈ ਕਿ ਕੋਈ ਵੀ ਆਪਾਂ ਨੈਟਵਰਕ ਯੂਜ਼ ਕਰਦੇ ਹਾਂ, ਜਿਵੇਂ ਕਿ ਵੋਡਾਫੋਨ, ਆਈਡੀਆ, ਜੀਓ, ਕੁਛ ਵੀ, ਤਾਂ ਜਿਹੜਾ ਵੀ ਆਪਣਾ ਕਸਟਮਰ ਕੇਅਰ ਵਾਲਾ ਆਪਣੇ ਨਾਲ ਗੱਲ ਕਰਦਾ ਉਹ ਹਿੰਦੀ ਦੇ ਵਿੱਚ ਗੱਲ ਕਰਦਾ। ਤਾਂ ਲੋਕਡਾਊਨ ਕਰਕੇ ਕਈ ਆਪਣੇ ਪੰਜਾਬੀ ਭਰਾਵਾਂ ਦੀ ਜਿਹੜੀ ਕੀ ਹੈ ਨੌਕਰੀਆਂ ਗਈਆਂ, ਤਾਂ ਮੈਂ ਉਹਨਾਂ ਦੇ ਮੁੱਦੇ 'ਤੇ ਹੀ ਗੱਲ ਕਰਨ ਜਾ ਰਿਹਾ। ਸੋ ਵੀਡੀਓ ਨੂੰ ਜ਼ਿਆਦਾ ਸ਼ੇਅਰ ਕਰ ਦਿਓ। ਤਾਂ ਮੈਂ ਗੱਲ ਕਰ ਰਿਹਾ ਕਿ ਜਿਹੜੇ ਵੀ ਆਪਣੇ ਓਪਰੇਟਰ ਹੁੰਦੇ ਨੇ ਕਸਟਮਰ ਕੇਅਰ ਵਾਲੇ, ਉਹ ਹਿੰਦੀ ਦੇ ਵਿੱਚ ਗੱਲ ਕਰਦੇ ਨੇ। ਅੱਜ ਦੀ ਮੈਂ ਗੱਲ ਦੱਸ ਦਿੰਦਾ, ਮੇਰਾ ਪਰਸਨਲ ਐਕਸਪੀਰੀਅੰਸ ਹੈ। ਸੋ ਮੈਂ ਆਪਣਾ ਜਿਹੜਾ ਨੰਬਰ ਆ ਮੈਂ ਪੋਰਟ ਆਊਟ ਕਰਵਾ ਰਿਹਾ ਸੀਗਾ ਪ੍ਰੀਪੇਡ ਟੂ ਪੋਸਟਪੇਡ ਦੇ ਵਿੱਚ। ਸੋ ਬਹੁਤ ਪੁਰਾਣਾ ਨੰਬਰ ਮੇਰਾ ਚੱਲ ਰਿਹਾ ਸੀਗਾ, 9-10 ਸਾਲ ਪੁਰਾਣਾ। ਤਾਂ ਮੈਂ ਜਦੋਂ ਆਪਣਾ ਨੰਬਰ ਪੋਰਟ ਆਊਟ ਦੀ ਮੈਂ ਰਿਕੁਐਸਟ ਪਾ ਦਿੱਤੀ, ਚਲੋ ਸਿਮ ਵੀ ਲਿਆ, ਬੰਦ ਤਾਂ ਇੰਨੀ ਛੇਤੀ ਹੁੰਦਾ ਨਹੀਂ, 3 ਕੁ ਦਿਨ ਲੱਗਦੇ ਨੇ ਬੰਦ ਹੋਣ ਨੂੰ। ਤਾਂ ਮੇਰੇ ਕੋਲ ਸਵੇਰ ਦੇ ਮੇਰੇ ਖਿਆਲ ਦੇ ਨਾਲ 15-20 ਕੋਲਾਂ ਆ ਚੁੱਕੀਆਂ ਨੇ, 15-20 ਕੋਲਾਂ ਕੰਪਨੀ ਵੱਲੋਂ ਆ ਚੁੱਕੀਆਂ ਨੇ। ਅਤੇ ਹਰ ਇੱਕ ਕੋਲ ਦੇ ਵਿੱਚ ਮੈਡਮ ਜਾਂ ਕੋਈ ਵੀ ਸਰ ਐਕਸੈਪਟ ਆ ਜੋ ਵੀ ਹੈ, ਉਹ ਹਿੰਦੀ ਦੇ ਵਿੱਚ ਗੱਲ ਕਰਦੇ ਨੇ। ਤਾਂ ਮੈਂ ਉਹਨਾਂ ਨੂੰ ਇੱਕ ਹੀ ਗੱਲ ਕਰਦਾ ਕਿ ਯਾਰ ਮੈਨੂੰ ਹਿੰਦੀ ਆਉਂਦੀ ਹੀ ਨਹੀਂ, ਮੈਨੂੰ ਪੰਜਾਬੀ 'ਚ ਬੋਲੋ ਕੀ ਕਹਿੰਦੇ ਹੋ ਤੁਸੀਂ। ਤਾਂ ਉਹਨਾਂ ਨੂੰ ਮਤਲਬ ਉਹ ਹਰ ਵਾਰ ਇਹੀ ਗੱਲ ਕਹਿ ਕੇ ਫੋਨ ਕੱਟ ਦਿੰਦੇ ਕਿ ਕੋਈ ਗੱਲ ਨਹੀਂ ਸਰ, ਕਿ ਅਸੀਂ ਤੁਹਾਨੂੰ ਥੋੜ੍ਹੀ ਦੇਰ ਬਾਅਦ ਪੰਜਾਬੀ ਦੇ ਵਿੱਚ ਕਿਸੇ ਨਾਲ ਗੱਲ ਕਰਵਾ ਦਿੰਦੇ ਹਾਂ। ਸੋ ਕਹਿਣ ਵਾਲੀ ਇਹ ਗੱਲ ਹੈ ਕਿ ਜਿੰਨੇ ਵੀ ਆਪਾਂ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਆ, ਪੰਜਾਬ ਦੇ ਜਿੰਨੇ ਵੀ ਲੋਕ ਨੇ, ਸੋ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਕਦੇ ਵੀ ਕਿਸੇ ਕਸਟਮਰ ਕੇਅਰ ਅਧਿਕਾਰੀ ਨਾਲ ਗੱਲ ਕਰੋ ਤਾਂ ਉਸਨੂੰ ਕਹਿ ਦਿਓ ਕਿ ਭਾਈ ਮੈਨੂੰ ਹਿੰਦੀ ਨਹੀਂ ਆਉਂਦੀ ਅਤੇ ਮੈਨੂੰ ਇੰਗਲਿਸ਼ ਨਹੀਂ ਆਉਂਦੀ, ਤੁਸੀਂ ਪੰਜਾਬੀ 'ਚ ਗੱਲ ਕਰੋ। ਉਹਨਾਂ ਨੂੰ ਮਜਬੂਰੀ ਦੇ ਵਿੱਚ ਆਪਣੇ ਪੰਜਾਬੀ ਭਾਈਆਂ ਨੂੰ ਰੱਖਣਾ ਪੈਣਾ। ਗ੍ਰੈਜੂਏਟ ਤਾਂ ਨਹੀਂ ਲੈ ਸਕਦੇ ਕੋਈ 10ਵੀਂ 12ਵੀਂ, ਚਾਹੇ ਛੋਟੀ ਮੋਟੀ ਤਨਖਾਹ ਦੇ ਲਈ, ਪਰ ਰੱਖਣਗੇ ਜ਼ਰੂਰ ਆਪਣੇ ਪੰਜਾਬੀ ਭਾਈਆਂ ਨੂੰ। ਸੋ ਆਪਣੀ ਮਾਂ ਬੋਲੀ ਨੂੰ ਕਦੇ ਨਾ ਭੁੱਲੋ, ਆਪਣੀ ਮਾਂ ਬੋਲੀ ਨੂੰ ਪ੍ਰਮੋਟ ਕਰੋ। ਮੈਂ ਇਹ ਨਹੀਂ ਕਹਿੰਦਾ ਕਿ ਬਾਕੀ ਦੀ ਭਾਸ਼ਾ ਨਾ ਸਿੱਖੋ, ਸਿੱਖੋ, ਸਭ ਕੁਝ ਸਿੱਖਣਾ ਚਾਹੀਦਾ, ਕਲਚਰ ਹਰ ਇੱਕ ਦੇਖਣਾ ਚਾਹੀਦਾ ਆਪਾਂ ਨੂੰ, ਬਟ ਆਪਣੀ ਮਾਂ ਬੋਲੀ ਨਹੀਂ ਭੁੱਲਣੀ ਚਾਹੀਦੀ। ਸੋ ਇੰਨੀ ਕੁ ਮੇਰੀ ਬੇਨਤੀ ਜੋ ਹੈ ਪ੍ਰਵਾਨ ਕਰਿਓ। ਸੋ ਸਭ ਨੂੰ ਸਤਿ ਸ਼੍ਰੀ ਅਕਾਲ, ਗੁੱਡ ਨਾਈਟ।